घटना इस तरह हुई है जी, कलान रोड साइड तो ना एक टिप्पर मिट्टी वाली आ रही, 6:00 कोई 20-25 मिनट की गल, इधरों अल्टो कार आ रही गुरदासपुर वालों, टिप्पर को जहाँ तक कोई झाका लगा जा पता नहीं की होया, उन्हें अपने ड्राइवर शेड कट के अल्टो कार नाल ही लैके धू के तो जरा वो अपने थले ले लिया वा, तो जरा मौके के उत्ते जे अल्टो कार वाले आ उन्हां दी डैथ हो चुकी आ, उन्होंने एक बच्ची बड़े सारे लोगों के सहयोग के नाल कढ के सरकारी हॉस्पिटल गुरदासपुर भेजता, और शायद बचन की कोई संभावना है, बाकी यह हादसा जरा वा बहुत खतरनाक आ, तो बड़ी जदोजहद नाल एक दो घंटे तो बाद जे डैथ बाडिया ने जो
ਥੱਲਿਓਂ ਕੱਢੀਆਂ ਗਈਆਂ ਨੇ। ਚਾਰੇ ਜਣੇ ਮੌਕੇ ਤੇ ਮੌਤ ਹੋ ਗਈ। ਜਿਹੜੀ ਗੱਡੀ ਹੈ ਗੁਰਦਾਸਪੁਰ ਵਾਲੀ ਤੇ ਆੜੀ ਤੇ ਇਹ ਗੁਰਦਾਸਪੁਰ ਸਾਹਿਬ ਤੋਂ ਆ ਰਹੀ ਆਲਟੋ ਕਾਰ। ਟਿੱਪਰ ਕਿੱਧਰ ਆ ਰਿਹਾ? ਟਿੱਪਰ ਕਲਾਨੌਰ ਸਾਹਿਬ ਤੋਂ ਆ ਰਿਹਾ। ਲਗਭਗ ਇੱਕ ਘੰਟੇ ਪਹਿਲਾਂ ਦੀ ਗੱਲ ਆ, ਇਧਰੋਂ ਜੋੜੇ ਸਾਈਡ ਤੋਂ ਇੱਕ ਟਿੱਪਰ ਆ ਰਿਹਾ ਸੀਗਾ ਤੇ ਸ਼ਾਇਦ ਕਿਸੇ ਦੂਸਰੇ ਵਹੀਕਲ ਦਾ ਝਾਕਾ ਲੱਗਾ ਵਾ। ਗੁਰਦਾਸਪੁਰ ਸਾਈਡ ਤੇ ਇੱਕ ਆਲਟੋ ਕਾਰ ਆ ਰਹੀ ਸੀਗੀ, EB 46 ਨੰਬਰ, ਤਰਨ ਤਾਰਨ ਸਾਈਡ ਦੀ ਲੱਗਦੀ ਹੈ। ਕਿਸੇ ਨੂੰ ਬਚਾਉਂਦੇ ਬਚਾਉਂਦੇ ਆਲਟੋ ਕਾਰ ਦੇ ਵਿੱਚ ਟਿੱਪਰ ਦੀ ਟੱਕਰ ਹੋ ਗਈ, ਜਿਹਦੇ ਵਿੱਚ ਛੋਟਾ ਕੱਟੜਾ ਕਲਾਨੌਰ ਸਾਈਡ ਦੇ ਚਾਰ ਜੀ ਸੀ ਜੋ ਦਵਾਈ ਲੈ ਕੇ ਸ਼ਾਇਦ ਇੱਧਰੋਂ ਗੁਰਦਾਸਪੁਰ ਸਾਈਡ ਤੋਂ ਆ ਰਹੇ, ਅਤੇ ਜਿਨ੍ਹਾਂ ਨੂੰ ਮੌਕੇ 'ਤੇ ਡੈਥ ਹੋ ਗਈ ਉਹਨਾਂ ਦੀ, ਚਾਰਾਂ ਦੀ ਮੇਬੀ ਸ਼ਾਇਦ ਅਜੇ ਤੱਕ ਤਾਂ ਲੱਗਦਾ। ਵੈਸੇ ਹੋਸਪਿਟਲ ਭੇਜ ਦਿੱਤੇ, ਕਿਸੇ ਦੇ ਸਾਹ ਨਹੀਂ ਸੀ ਚੱਲ ਰਹੇ। ਇੱਕ ਬੱਚੀ ਸੀ ਉਹ ਇਹਨਾਂ ਦੇ ਵਿੱਚ ਥੱਲੇ ਆ ਗਈ ਸੀ, ਉਹਨੂੰ ਕਾਫੀ ਕਸ਼ਮਕਸ਼ ਦੇ ਨਾਲ ਉਹਨੂੰ ਕੱਢਿਆ ਗਿਆ। ਬੱਚੀ ਦੇ ਸਾਹ ਚੱਲ ਰਹੇ ਸੀਗੀ, ਉਹਨੂੰ ਸਭ ਤੋਂ ਪਹਿਲਾਂ ਸਿਵਲ ਹੋਸਪਿਟਲ। ਇਹ ਅਜੇ ਤੱਕ ਤਾਂ ਇੱਕੋ ਪਰਿਵਾਰ ਦੇ ਲੱਗ ਰਹੇ ਆ ਜੀ। ਨਹੀਂ ਅਜੇ ਹਾਲ ਦੀ ਘੜੀ ਨਹੀਂ, ਕੋਈ ਨੰਬਰ ਨਹੀਂ ਹੈਗਾ ਕਰਕੇ ਆਈਡੈਂਟੀਫਾਈ, ਅਤੇ ਟਿੱਪਰ ਦੇ ਮਾਲਕਾਂ ਬਾਰੇ ਪਤਾ ਕਰਕੇ ਕਾਰਵਾਈ ਕੀਤੀ ਜਾਊਗੀ।